हाँ जी कचहरी विच लग गया। हाँ जी क्लर्क लग गया वकील साहब को। मैनू अज जी माता जी की कृपा ना 2.25 लाख रुपया नाम निकला जी। मैं रूप चंद लाटरी इथे मेरी बाजार विच लाटरी पाउंदा आ रहा जी 3 साल हो गए। हाँ जी मैं लगातार ही लाटरी पाने, मैनू कई नाम निकल चुके ने छोटे छोटे जी। हाँ जी जी देखो जी छोटे छोटे नाम कदे 20,000 कदे 10,000 कदे 3,000 कदे 6,000 काफी नाम आ चुके जी। शौक जी इन्हां दी इक ऐड देखी सी जी। हाँ जी फेसबुक ते उहदे च दिखाया गया सी इन्हां दे जिहड़ी रूपचंद लाटरी वाले ने काफी नाम निकलदे ने जी, करोड़पति बनदे ने जी। हाँ जी 150 दी इको ही असीं इन्हां पैसा दा आपदा घर बनावांगे। नहीं जी किराए ते रहिंदे पिछोकड़े ही मेहनत मजदूरी करदे सारे। अच्छा दो ਭਰਾਈ ਇੱਕ ਭੈਣ ਅਹਿਮੀਅਤ ਬਹੁਤ ਰੱਖਦੇ ਆ ਜੀ। ਮਾਤਾ ਦੀ ਕਿਰਪਾ ਨਾਲ ਨਿਕਲਿਆ ਸੀ, ਘਰ ਬਣਾਉਣਾ ਚਾਹੁੰਦੇ ਆ, ਕਿਰਾਏ ਤੇ ਰਹਿੰਦੇ ਆ। ਕਿੰਨੀ ਦੇਰ ਤੋਂ ਕਿਰਾਏ ਤੇ ਰਹਿ ਰਹੇ? 4-5 ਸਾਲ ਹੋ ਗਏ ਸਾਨੂੰ ਕਿਰਾਏ ਤੇ ਰਹਿੰਦੇ। ਕਿੱਥੇ ਰਹਿੰਦੇ? ਕਿੱਥੇ? ਫਾਜ਼ਿਲਕਾ ਵਿੱਚ ਹੀ। ਹਾਂਜੀ ਕੁਝ ਬਣ ਜਾਏਗਾ ਜੀ ਲੱਗਦਾ ਤਾਂ, ਗਹਿਣੇ ਤੇ ਵੀ ਲੈ ਲਾਂਗੇ ਜੀ। ਅਸੀਂ ਮਾਤਾ ਨੇ ਤੇ ਰੱਖਿਆ ਸੀ ਭਰੋਸਾ, ਮਾਤਾ ਨੇ ਸਾਡੀ ਕੱਢੇਗੀ ਲਾਟਰੀ। ਆ ਹੁਣ ਸੈਕਿੰਡ ਪ੍ਰਾਈਜ਼ ਫੇਰ ਨਿਕਲਿਆ ਆਪਣੀ ਦੁਕਾਨ ਤੋਂ। ਆ ਸਰ ਦੇਖ ਸਕਦੇ ਹੋ ਟਿਕਟ 99410 ਆ ਗਿਆ ਸਰ, 99410 ਆ ਸੈਕਿੰਡ ਪ੍ਰਾਈਜ਼। ਆ ਵਿਜੇਤਾ ਬਣੇ ਆ ਸਰ, ਇਹਨਾਂ ਨੂੰ ਪਰਮਾਤਮਾ ਨੇ ਇਹਨਾਂ ਦੀ ਸੁਣੀ ਹੈ। ਇੱਕ ਇਹਨਾਂ ਦੀ ਛੋਟੀ ਜਿਹੀ ਬੱਚੀ ਹੈ ਸਰ, ਇਹ ਇਹਨਾਂ ਦੇ ਨਾਲ ਹੀ ਜਦੋਂ ਵੀ ਆਉਂਦੇ ਆ ਟਿਕਟ ਖਰੀਦਣ ਤਾਂ ਇਹਦੇ ਹੱਥੋਂ ਹੀ ਕਢਾਉਂਦੇ ਆ ਜਾਂ ਏਦਾਂ ਦੀ ਹੈ। ਪਰ ਪਿਛਲੇ ਗੇੜੇ ਇੱਕ ਇਹਨਾਂ ਦਾ ਨੁਕਸਾਨ ਹੋਇਆ ਸੀਗਾ ਜਦੋਂ ਸਾਡੇ ਕੋਲ 5 ਕਰੋੜ ਨਿਕਲਿਆ ਸੀਗਾ, ਤਾਂ ਗੁੜੀਆ ਨੇ ਜਿੱਦ ਕਰਕੇ ਕਹਿੰਦੀ ਮੈਂ ਆ ਨੀ ਦੂਜੀ ਲਊਂਗੀ। ਉਹ ਯਾਨੀ ਕਿ ਚਲੋ ਬਚਪਨਾ ਹੁੰਦਾ ਬੱਚੇ ਚ, ਤੇ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ 5 ਕਰੋੜ ਦਾ ਉਹ ਤਾਂ ਨੀ ਪੂਰਾ ਹੋਇਆ। ਚਲੋ ਅੱਜ ਪਰਮਾਤਮਾ ਨੇ ਕੁਝ ਨਾ ਕੁਝ ਇਹਨਾਂ ਨੂੰ ਖੁਸ਼ੀਆਂ ਦਿੱਤੀਆਂ, ਸਾਨੂੰ ਵੀ ਬੜੀ ਖੁਸ਼ੀ ਹੈ। ਕਿੰਨੀ ਲਾਟਰੀ ਨਿਕਲੀ ਹੈ ਅੱਜ? ਇਹਨਾਂ ਨੂੰ 2.25 ਲੱਖ ਰੁਪਏ ਨਿਕਲਿਆ ਜੀ, 2,25,000 ਰੁਪਿਆ। ਹਾਂਜੀ ਕਚਹਿਰੀ ਵਿੱਚ ਲੱਗਿਆ। ਹਾਂਜੀ ਕਲਰਕ ਲੱਗਾ ਵਕੀਲ ਸਾਹਿਬ ਕੋਲ। ਮੈਨੂੰ ਅੱਜ ਜੀ ਮਾਤਾ ਜੀ ਦੀ ਕਿਰਪਾ ਨਾਲ 2.25 ਲੱਖ ਰੁਪਿਆ ਨਾਮ ਨਿਕਲਿਆ ਜੀ। ਮੈਂ ਰੂਪ ਚੰਦ ਲਾਟਰੀ ਇੱਥੇ ਮੇਰੀ ਬਾਜ਼ਾਰ ਵਿੱਚ ਲਾਟਰੀ ਪਾਉਂਦਾ ਆ ਰਿਹਾ ਜੀ 3 ਸਾਲ ਹੋ ਗਏ ਜੀ। ਹਾਂਜੀ ਮੈਂ ਲਗਾਤਾਰ ਹੀ ਲਾਟਰੀ ਪਾਉਂਦਾ, ਮੈਨੂੰ ਕਈ ਨਾਮ ਨਿਕਲ ਚੁੱਕੇ ਨੇ ਛੋਟੇ ਛੋਟੇ ਜੀ। ਹਾਂਜੀ ਜੀ ਦੇਖੋ ਜੀ ਛੋਟੇ ਛੋਟੇ ਨਾਮ ਕਦੇ 20,000 ਕਦੇ 10,000 ਕਦੇ 3,000 ਕਦੇ 6,000 ਕਾਫੀ ਨਾਮ ਆ ਚੁੱਕੇ ਜੀ। ਸ਼ੌਂਕ ਜੀ ਇਹਨਾਂ ਦੀ ਇੱਕ ਐਡ ਦੇਖੀ ਸੀ ਜੀ। ਹਾਂਜੀ ਫੇਸਬੁੱਕ ਤੇ ਉਹਦੇ ਚ ਦਿਖਾਇਆ ਗਿਆ ਸੀ ਇਹਨਾਂ ਦੇ ਜਿਹੜੀ ਰੂਪਚੰਦ ਲਾਟਰੀ ਵਾਲੇ ਨੇ ਕਾਫੀ ਨਾਮ ਨਿਕਲਦੇ ਨੇ ਜੀ, ਕਰੋੜਪਤੀ ਬਣਦੇ ਨੇ ਜੀ। ਹਾਂਜੀ 150 ਦੀ ਇੱਕੋ ਹੀ ਅਸੀਂ ਇਹਨਾਂ ਪੈਸਿਆਂ ਦਾ ਆਪਦਾ ਘਰ ਬਣਾਵਾਂਗੇ। ਨਹੀਂ ਜੀ ਕਿਰਾਏ ਤੇ ਰਹਿੰਦੇ ਪਿਛੋਕੜੇ ਹੀ ਮਿਹਨਤ ਮਜ਼ਦੂਰੀ ਕਰਦੇ ਸਾਰੇ। ਅੱਛਾ ਦੋ ਭਰਾਈ ਇੱਕ ਭੈਣ ਅਹਿਮੀਅਤ ਬਹੁਤ ਰੱਖਦੇ ਆ ਜੀ। ਮਾਤਾ ਦੀ ਕਿਰਪਾ ਨਾਲ ਨਿਕਲਿਆ ਸੀ, ਘਰ ਬਣਾਉਣਾ ਚਾਹੁੰਦੇ ਆ, ਕਿਰਾਏ ਤੇ ਰਹਿੰਦੇ ਆ। ਕਿੰਨੀ ਦੇਰ ਤੋਂ ਕਿਰਾਏ ਤੇ ਰਹਿ ਰਹੇ? 4-5 ਸਾਲ ਹੋ ਗਏ ਸਾਨੂੰ ਕਿਰਾਏ ਤੇ ਰਹਿੰਦੇ। ਕਿੱਥੇ ਰਹਿੰਦੇ? ਕਿੱਥੇ? ਫਾਜ਼ਿਲਕਾ ਵਿੱਚ ਹੀ। ਹਾਂਜੀ ਕੁਝ ਬਣ ਜਾਏਗਾ ਜੀ ਲੱਗਦਾ ਤਾਂ, ਗਹਿਣੇ ਤੇ ਵੀ ਲੈ ਲਾਂਗੇ ਜੀ। ਅਸੀਂ ਮਾਤਾ ਨੇ ਤੇ ਰੱਖਿਆ ਸੀ ਭਰੋਸਾ, ਮਾਤਾ ਨੇ ਸਾਡੀ ਕੱਢੇਗੀ ਲਾਟਰੀ। ਆ ਹੁਣ ਸੈਕਿੰਡ ਪ੍ਰਾਈਜ਼ ਫੇਰ ਨਿਕਲਿਆ ਆਪਣੀ ਦੁਕਾਨ ਤੋਂ। ਆ ਸਰ ਦੇਖ ਸਕਦੇ ਹੋ ਟਿਕਟ 99410 ਆ ਗਿਆ ਸਰ, 99410 ਆ ਸੈਕਿੰਡ ਪ੍ਰਾਈਜ਼। ਆ ਵਿਜੇਤਾ ਬਣੇ ਆ ਸਰ, ਇਹਨਾਂ ਨੂੰ ਪਰਮਾਤਮਾ ਨੇ ਇਹਨਾਂ ਦੀ ਸੁਣੀ ਹੈ। ਇੱਕ ਇਹਨਾਂ ਦੀ ਛੋਟੀ ਜਿਹੀ ਬੱਚੀ ਹੈ ਸਰ, ਇਹ ਇਹਨਾਂ ਦੇ ਨਾਲ ਹੀ ਜਦੋਂ ਵੀ ਆਉਂਦੇ ਆ ਟਿਕਟ ਖਰੀਦਣ ਤਾਂ ਇਹਦੇ ਹੱਥੋਂ ਹੀ ਕਢਾਉਂਦੇ ਆ ਜਾਂ ਏਦਾਂ ਦੀ ਹੈ। ਪਰ ਪਿਛਲੇ ਗੇੜੇ ਇੱਕ ਇਹਨਾਂ ਦਾ ਨੁਕਸਾਨ ਹੋਇਆ ਸੀਗਾ ਜਦੋਂ ਸਾਡੇ ਕੋਲ 5 ਕਰੋੜ ਨਿਕਲਿਆ ਸੀਗਾ, ਤਾਂ ਗੁੜੀਆ ਨੇ ਜਿੱਦ ਕਰਕੇ ਕਹਿੰਦੀ ਮੈਂ ਆ ਨੀ ਦੂਜੀ ਲਊਂਗੀ। ਉਹ ਯਾਨੀ ਕਿ ਚਲੋ ਬਚਪਨਾ ਹੁੰਦਾ ਬੱਚੇ ਚ, ਤੇ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ 5 ਕਰੋੜ ਦਾ ਉਹ ਤਾਂ ਨੀ ਪੂਰਾ ਹੋਇਆ। ਚਲੋ ਅੱਜ ਪਰਮਾਤਮਾ ਨੇ ਕੁਝ ਨਾ ਕੁਝ ਇਹਨਾਂ ਨੂੰ ਖੁਸ਼ੀਆਂ ਦਿੱਤੀਆਂ, ਸਾਨੂੰ ਵੀ ਬੜੀ ਖੁਸ਼ੀ ਹੈ। ਕਿੰਨੀ ਲਾਟਰੀ ਨਿਕਲੀ ਅੱਜ? ਇਹਨਾਂ ਨੂੰ 2.25 ਲੱਖ ਰੁਪਏ ਨਿਕਲਿਆ ਜੀ, 2,25,000 ਰੁਪਿਆ।